ਤੇ ਪਸੀਨਾ ਪੁੰਜਾ ਯਕਦਮ ਜੰਨਤ ਦੀ ਸਰਦਾਰ ਦੀ ਨਜ਼ਰ ਪੈ ਗਈ। ਜਦੋਂ ਫਾਤਮਾ ਆਉਂਦੀ ਸੀ ਰਸੂਲ ਉੱਠਦੇ ਕਿਉਂ ਸਨ? ਲਾਹੌਰੇ ਤੇ ਤੁਹਾਨੂੰ ਕੋਈ ਦੱਸੇ ਤੇ ਮੈਨੂੰ ਫੋਨ ਕਰਕੇ ਦੱਸ ਦਿਆ ਜੇ ਕਿਉਂ। ਫਿਰ ਸਮਝ, ਇੱਥੇ ਮੈਂ ਚੈੱਕ ਕਰਨਾ ਤੁਹਾਨੂੰ, ਬੀਬੀ ਬੈਠੀ ਹੈ ਘਰ, ਹਸਨ ਬਾਦਸ਼ਾਹ ਬੈਠੇ ਨੇ, ਹੁਸੈਨ ਆਏ ਨੇ ਬਾਹਰੋਂ, ਗਰਮੀਆਂ ਦਾ ਮਹੀਨਾ ਹੈ, ਪਸੀਨਾ ਆਇਆ, ਮੇਰੇ ਮੌਲਾ ਨੇ ਇੰਜ ਹੱਥ ਚੁੱਕਿਆ ਵੀ ਮੈਂ ਇਹ ਪਸੀਨਾ ਪੂੰਝ ਕੇ ਸੁੱਟ ਦਿਆ। ਬੀਬੀ ਦੀ ਨਜ਼ਰ ਪਈ ਹੈ, ਫੌਰਨ ਸਰਕਾਰ ਨੇ ਫਰਮਾਇਆ ਹੁਸੈਨ ਰੋਕ, ਜਾਣਦਾ ਨਹੀਂ ਇਹ ਹੁਸੈਨ ਦਾ ਪਸੀਨਾ ਹੈ। ਲੇਕਿਨ ਮੇਰੇ ਮੌਲਾ ਨੇ ਚਾਰ ਕਦਮ ਪਿੱਛੇ ਚੁੱਕੇ, ਹੱਜ ਨੂੰ ਉਮਰੇ ਚ ਬਦਲ ਦਿੱਤਾ ਤੇ ਕਿਆਮਤ ਤੱਕ ਕਾਬੇ ਦੀ ਇੱਜ਼ਤ ਦਾ ਝੰਡਾ ਗੱਡ ਦਿੱਤਾ। ਸੁਭਾਨ ਅੱਲਾਹ। ਆਖਰੀ ਫਿਕਰਾ ਮੌਜੂ ਸ਼ੁਰੂ ਕਰਨਾ ਚਾਹਨਾ, ਤਵੱਜੋ, ਇਨਲ ਹੁਸੈਨਾ ਮਿਸਬਾਹੁਲ ਹੁਦਾ ਵਸਫੀਨਤੁਨ ਨਜਾ। ਮੇਰੇ ਨਬੀ ਨੇ ਕਿਹਾ ਹਦਾਇਤ ਦਾ ਚਿਰਾਗ ਹੈ ਮੇਰਾ ਨਾਲ ਹੁਸੈਨ। ਸੁਭਾਨ ਅੱਲਾਹ। ਕਰੋੜਾਂ ਪੀਰ ਹੁਸੈਨ ਦੀ ਜੁੱਤੀ ਤੋਂ ਬਾਹਰ ਆਏ, ਕਰੋੜਾਂ ਨੌਸ਼ੋ ਹੁਸੈਨ ਦੀ ਜੁੱਤੀ ਦੁਬਾਰਾ, ਜਿਹਦੀ ਜੁੱਤੀ ਨੂੰ ਚੁੰਮ ਕੇ ਵਲੀ ਵਲੀ ਬਣਦੇ ਨੇ ਉਹਨੂੰ ਹੁਸੈਨ ਆਂਦੇ। ਸੁਭਾਨ ਅੱਲਾਹ। ਖੁਦਾ ਦੀ ਕਸਮ, ਜਿਹਦੀ ਜੁੱਤੀ ਚੁੰਮ ਕੇ, ਬੋਲੋ ਜਿਹਨਾਂ ਦੇ ਯਕੀਨ ਹੈ, ਵਲੀ ਵਲੀ ਬਣਦੇ ਨੇ ਉਹਨੂੰ ਹੁਸੈਨ ਆਂਦੇ। ਬੋਲੋ ਉਹਨੂੰ ਹੁਸੈਨ ਆਂਦੇ। ਕਾਇਨਾਤ ਵਿੱਚ 1.25 ਲੱਖ ਨਬੀ ਆਏ, ਕਈ ਕੰਨ ਟੁੱਟੇ ਬੋਲੇ ਅਸੀਂ ਵੀ ਨਬੀ ਆ, ਇੱਕੋ ਰੱਬ ਏ, ਕਈ ਬੇਗੈਰਤ ਆਏ ਜਿਨ੍ਹਾਂ ਕਿਹਾ ਅਸੀਂ ਵੀ ਰੱਬਾਂ। ਅੱਜ ਤੱਕ ਨਾ ਮਾਂ ਪੁੱਤਰ ਜੰਮਿਆ, ਨਾ ਕਿਆਮਤ ਤੱਕ ਜੰਮੇਗੀ, ਡੱਕਾ ਹੀ ਲਾਤਾ ਜਿਹੜਾ ਇਹ ਕਵੇ ਮੈਂ ਹੁਸੈਨ ਆ। ਮੈਂ ਚਿਹਰੇ ਪੜ ਰਿਹਾ ਵਾ ਮੁਨਕਰ ਕਿੱਥੇ ਕਿੱਥੇ, ਆਹ ਮਾਂ
ਜਮੈਂ ਮਾਂ ਲਾ ਲਈ ਇੱਕ ਜਮੈਂ ਤਵੱਜੋ ਨਾਨੇ ਨੇ ਮਦੀਨੇ ਨੂੰ ਮੁਨਵਰਾ ਕੀਤਾ ਇਹਨੇ ਕਰਬਲਾ ਨੂੰ ਮੁਅੱਲਾ ਕਰ ਦਿੱਤਾ ਸੁਭਾਨ ਅੱਲਾ ਵਾਹ 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 ਜੀਓ ਕੀ ਬਾਤ ਹੈ ਸੁਭਾਨ ਅੱਲਾ ਨਾਰੇ ਤਕਬੀਰ ਅੱਲਾਹ ਅਕਬਰ ਰਸਾਲਤ ਯਾ ਰਸੂਲ ਅੱਲਾਹ ਹਸ